ਇਹ ਟਾਈਮ ਪੀਰੀਅਡ ਫਿਲਮ ਹੈ, ਹੁਣ 3-4 ਮਹੀਨੇ ਜਿੰਮ ਨਹੀਂ ਕਰਾਂਗੇ। ਪੰਜਾਬ ਦੇ ਸੁਪਰਸਟਾਰ ਬੱਬੂ ਮਾਨ, ਜਿਨ੍ਹਾਂ ਦੇ ਕਿ ਇੱਕ ਇੱਕ ਪੋਸਟ ਨੂੰ ਉਹਨਾਂ ਦੇ ਕੱਟੜ ਫੈਨਸ ਪਿਆਰ ਕਰਦੇ ਹਨ ਅਤੇ ਸਪੋਰਟ ਵੀ ਕਰਦੇ ਹਨ। ਹਾਲ ਹੀ ਵਿੱਚ ਬੱਬੂ ਮਾਨ ਆਪਣੇ 2018 ਦੇ ਕੈਨੇਡਾ ਟੂਰ 'ਤੇ ਹਨ, ਜਿਨ੍ਹਾਂ ਨੂੰ ਉਹਨਾਂ ਦੇ ਫੈਨਸ ਖੂਬ ਪਿਆਰ ਦੇ ਰਹੇ ਹਨ। ਹੁਣ ਇੱਕ ਹੋਰ ਵੱਡੀ ਖਬਰ ਉਹਨਾਂ ਬਾਰੇ ਸਾਹਮਣੇ ਆਈ ਹੈ। ਬੱਬੂ ਮਾਨ ਨੇ ਹਾਲ ਹੀ ਵਿੱਚ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਹਨਾਂ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਇੱਕ ਅਲੱਗ ਹੀ ਲੁੱਕ ਵਿੱਚ ਨਜ਼ਰ ਆ ਰਹੇ ਹਨ। ਪੋਸਟਰ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਇਹ ਲੁੱਕ ਉਹਨਾਂ ਦੀ ਨਵੀਂ ਆ ਰਹੀ ਫਿਲਮ ਬੰਜਾਰਾ, ਜਿਸਦਾ ਕਿ ਨਾਂ ਹੁਣ ਬਦਲ ਦਿੱਤਾ ਗਿਆ ਹੈ, ਉਸ ਵਿੱਚੋਂ ਹੈ। ਦੱਸ ਦਈਏ, ਇਸ ਫਿਲਮ ਵਿੱਚ ਬੱਬੂ ਮਾਨ ਇੱਕ ਡਰਾਈਵਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਦਾ ਕਿ ਨਾਂ ਹਰਨੇਕ ਸਿੰਘ ਹੈ। ਫਿਲਮ ਦੀ ਸਟੋਰੀ ਲਗਭਗ 100 ਸਾਲ ਪੁਰਾਣੀ ਹੈ। ਬੱਬੂ ਮਾਨ ਨੇ ਪੋਸਟ ਪਾ ਕੇ ਲਿਖਿਆ, ਸਤਿ ਸ਼੍ਰੀ ਅਕਾਲ ਜੀ, ਆਉਣ ਵਾਲੀ ਪੰਜਾਬੀ ਫਿਲਮ ਦੀ ਇੱਕ ਝਲਕ। ਇਸ ਫਿਲਮ ਬਾਰੇ ਬੱਬੂ ਮਾਨ ਨੇ ਆਪਣੀ ਇੱਕ ਰੇਡੀਓ ਇੰਟਰਵਿਊ ਦੌਰਾਨ ਵੀ ਦੱਸਿਆ। ਕੀ ਕਹਿ ਰਹੇ ਹਨ ਬੱਬੂ ਮਾਨ, ਆਓ ਸੁਣਦੇ ਹਾਂ। ਬੱਬੂ ਮਾਨ ਜੀ, ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਤੁਹਾਨੂੰ ਵੀ ਫਤਿਹ। ਫਤਿਹ ਜੀ, ਪਹਿਲਾਂ ਤਾਂ ਤੁਸੀਂ ਦੱਸੋ ਵੀ ਪਹਿਲਾਂ ਨਾਲੋਂ ਤੁਸੀਂ ਜ਼ਿਆਦਾ ਰਿਸ਼ਟ ਪੁਸ਼ਟ ਲੱਗਦੇ ਹੋ, ਤੁਹਾਡੀ ਜਿਹੜੀ ਫਿਟਨੈਸ 'ਤੇ ਕਾਫੀ ਜ਼ੋਰ ਲੱਗਦਾ। ਹਾਂਜੀ, ਪਤਲਾ ਹੋ ਰਿਹਾ। ਮੈਂ ਇੱਕ ਆਪਣੇ ਪੁਰਾਣੇ ਸੱਜਣ ਹੈ, ਉਹਨਾਂ ਨਾਲ ਕੋਈ ਫਿਲਮ ਦਾ ਸੀ ਪ੍ਰੋਜੈਕਟ। ਅੱਛਾ, ਕਾਫੀ ਦੇਰ ਤੋਂ ਸੀ ਉਹ, ਪਿਛਲੀ ਫਿਲਮ ਥੋੜ੍ਹੀ ਜਿਹੀ ਲੇਟ ਪੂਰੀ ਹੋਈ। ਇਹ ਮੇਰੇ ਖਿਆਲ ਟਾਈਮ ਪੀਰੀਅਡ ਫਿਲਮ ਹੈ, ਆਰਮੀ ਮੈਨ ਦੀ ਕਹਾਣੀ ਹੈ, ਫਿਰ ਆਰਮੀ ਮੈਨ ਖਾਸਾ ਪਤਲਾ ਚਾਹੀਦਾ ਸੀ, ਕਿਉਂਕਿ ਪੁਰਾਣੀਆਂ ਜਦੋਂ ਆਪਾਂ ਫੋਟੋਆਂ ਵੇਖਦੇ ਹਾਂ ਨਾ, ਤਾਂ ਇੱਦਾਂ ਚੌੜਾ ਮੋਢ ਜ਼ਿਆਦਾ ਫੌਜਾਂ 'ਚ ਹੈ ਨਹੀਂ ਸੀ, ਉਹ ਪਤਲੇ ਜ਼ਿਆਦਾ ਸੀ, ਕਿਉਂਕਿ ਤੁਰਨਾ ਬਹੁਤ ਪੈਂਦਾ ਸੀ, ਉਸੇ ਕਰਕੇ ਫਿਰ ਤੁਰ ਹੀ ਜਾਂਦਾ। ਹੁਣ ਮੈਂ ਖਾਸਾ ਟਾਈਮ ਲਾ ਦਿੰਦਾ ਸਵੇਰ ਸ਼ਾਮ, ਜਿੰਮ ਵੀ ਛੱਡਤਾ ਜੀ। ਹਾਂ, ਹੁਣ 3-4 ਮਹੀਨੇ ਜਿੰਮ ਨਹੀਂ ਕਰਾਂਗੇ। ਅੱਛਾ, ਕਿਉਂਕਿ ਉੱਦਾਂ ਉਦੋਂ ਬੋਡੀ ਉਸ ਤਰ੍ਹਾਂ ਦੀ ਨਹੀਂ ਸੀ ਹੁੰਦੀ ਜਿੰਮ ਵਾਲੀ। ਹਾਲਾਂਕਿ ਇਸ ਪੋਸਟ ਵਿੱਚ ਉਹਨਾਂ ਫਿਲਮ ਦਾ ਨਾਂ ਨਹੀਂ ਦੱਸਿਆ, ਪਰ ਸ਼ੂਟਿੰਗ ਦੌਰਾਨ ਹੋਈਆਂ ਵਾਇਰਲ ਫੋਟੋਆਂ ਵਿੱਚੋਂ ਇਹ ਪਤਾ ਲੱਗਦਾ ਹੈ ਕਿ ਇਹ ਲੁੱਕ ਉਹਨਾਂ ਦੀ ਨਵੀਂ ਆ ਰਹੀ ਫਿਲਮ ਬੰਜਾਰਾ ਵਿੱਚੋਂ ਹੈ। ਚੈਨਲ 7 ਰੰਗ ਦੀ ਪੂਰੀ ਟੀਮ ਵੱਲੋਂ ਬੱਬੂ ਮਾਨ ਨੂੰ ਉਹਨਾਂ ਦੇ ਆਉਣ ਵਾਲੀ ਇਸ ਫਿਲਮ ਲਈ ਸ਼ੁਭਕਾਮਨਾਵਾਂ। ਬਿਊਰੋ ਰਿਪੋਰਟ, ਚੈਨਲ 7 ਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ.com।